ਪੰਜਾਬ ਸਪੀਕਸ ਚ ਆਪ ਸਭ ਜੀ ਦਾ ਬਹੁਤ ਬਹੁਤ ਹਾਰਦਿਕ ਸਵਾਗਤ। ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਉਹ ਬਹੁਤ ਬਹੁਤ ਹਟ ਕੇ ਹੈ। ਅੱਜ ਇੱਕ ਵਿਸ਼ੇ ਦੀ ਜਗ੍ਹਾ ਅਸੀਂ ਦੋ ਨੌਜਵਾਨ ਹਸਤੀਆਂ ਤੁਹਾਡੇ ਕੋਲ ਲੈ ਕੇ ਆਏ ਹਾਂ। ਇਹ ਉਹ ਨੌਜਵਾਨ ਨੇ ਜਿਹੜਾ ਤੇ ਪੰਜਾਬ ਨੂੰ ਆਸ ਲਗਾ ਸਕਦਾ ਹੈ, ਪੰਜਾਬ ਸਾਰਾ, ਪੰਜਾਬ ਸਾਰੇ ਨੌਜਵਾਨ। ਬਹੁਤ ਸਾਰੇ ਭਾਰਤ ਚ ਐਸੇ ਬੰਦੇ ਨੇ ਜਿਨ੍ਹਾਂ ਨੇ ਗ੍ਰਾਸ ਰੂਟਸ ਤੇ ਇੰਨਾ ਕੰਮ ਕੀਤਾ ਕਿ ਉਹ ਦੁਨੀਆ ਭਰ ਚ ਮਸ਼ਹੂਰ ਹੋ ਗਏ। ਪੂਨਾ ਦੇ ਕੋਲ ਅੰਨਾ ਹਜ਼ਾਰੇ ਇੱਕ ਟੋਟਲੀ ਅਨਪੜ੍ਹ ਡਰਾਈਵਰ ਸਨ ਆਰਮੀ ਚ ਤੇ ਵੋਲੰਟਰੀ ਰਿਟਾਇਰਮੈਂਟ ਲੈ ਕੇ ਆਪਣੇ ਪਿੰਡ ਦੀ ਗਰੀਬੀ ਨੂੰ ਦੂਰ ਕਰਨ ਲਈ ਕੰਮ ਸ਼ੁਰੂ ਕੀਤਾ ਔਰ ਅੱਜ 500 ਤੋਂ ਵੀ ਜ਼ਿਆਦਾ ਪਿੰਡਾਂ ਦੀ ਗਰੀਬੀ ਦੂਰ ਕਰ ਚੁੱਕੇ ਨੇ ਔਰ ਉਹਨਾਂ ਦਾ ਨਾਂ ਸਾਰੀ ਦੁਨੀਆ ਚ ਮਸ਼ਹੂਰ ਹੈ ਅੰਨਾ ਹਜ਼ਾਰੇ ਦਾ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਚ ਡਾਕਟਰ ਪਰਮੇਸ਼ਵਰ ਰਾਓ, ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਉਹ ਨਿਊਕਲੀਅਰ ਸਾਇੰਸ ਚ ਕਰਕੇ ਆਏ ਸੀ ਡਾਕਟਰੇਟ ਔਰ ਉਹਨਾਂ ਨੇ ਇੱਕ ਦਿਨ ਵੀ ਨੌਕਰੀ ਨਹੀਂ ਕੀਤੀ। ਆਪਣੇ ਪਿੰਡ ਚ ਜਾ ਕੇ ਜਿੱਥੇ ਬਿਲਕੁਲ ਬੰਜਰ ਜ਼ਮੀਨ ਪਈ ਸੀ ਉੱਥੇ ਕਾਜੂ ਦੇ ਦਰਖਤਾਂ ਦੀ ਬਹਾਰ ਲਾ ਦਿੱਤੀ, ਪਿੰਡਾਂ ਚ ਸਕੂਲ ਖੋਲਤੇ, ਕਾਲਜ ਖੋਲਤੇ, ਹਸਪੀਟਲ ਖੋਲਤੇ ਤੇ 600-700 ਪਿੰਡ ਐਸੇ ਨੇ ਜਿਹੜੇ ਉੱਥੇ ਇਸ ਵੇਲੇ ਪੂਰੀ ਤਰੱਕੀ ਦੇ ਉੱਤੇ ਪਹੁੰਚ ਚੁੱਕੇ ਨੇ। ਇਸ ਤਰ੍ਹਾਂ ਹੀ ਰਾਜਸਥਾਨ ਚ ਟਲੋਨੀਆ ਵਿੱਚ ਇੱਕ IAS ਕਪਲ ਨੇ ਆਪਣੀ ਨੌਕਰੀ ਤੋਂ ਰਿਜ਼ਾਈਨ ਕਰਕੇ ਪਿੰਡਾਂ ਦੇ ਲੋਕਾਂ ਨਾਲ ਕੰਮ ਕੀਤਾ ਤੇ ਚਮੜੇ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਸਾਰੀ ਦੁਨੀਆ ਭਰ ਚ ਉਹਦੀ ਮਾਰਕੀਟਿੰਗ ਕਰਾ ਕੇ ਲੋਕਾਂ ਨੂੰ ਖੁਸ਼ਹਾਲੀ ਦਿੱਤੀ। ਪੰਜਾਬ ਚ ਐਸਾ ਕੋਈ ਐਗਜ਼ਾਮਪਲ ਸਾਡੇ ਕੋਲ 62 ਸਾਲਾਂ ਚ ਇੱਕ ਵੀ ਨਹੀਂ ਕਿ ਜਿੱਥੇ ਕਿਸੇ NGO ਨੇ ਜਾਂ ਕਿਸੇ ਸ਼ਖਸ ਨੇ ਕੋਈ ਐਸਾ ਕੰਮ ਕੀਤਾ ਹੋਵੇ ਜਿਹਦੀ ਦੁਨੀਆ ਚ ਚਰਚਾ ਹੋਵੇ। ਪਰ ਇੰਜ ਲੱਗਦਾ ਹੈ ਕਿ ਕੋਈ ਗੱਲ ਹੁਣ ਸ਼ੁਰੂ ਹੋਈ ਹੈ। ਸਾਡੇ ਕੋਲ ਦੋ ਨੌਜਵਾਨ ਐਸੇ ਆਏ ਨੇ ਜਿਹੜੇ ਹੁਣ ਕਹਿ ਸਕਦੇ ਹਾਂ ਅਸੀਂ ਕਿ ਕੋਈ ਨੀਂਹ ਪੈਣ ਲੱਗੀ ਹੈ ਇਸ ਗੱਲ ਦੀ। ਮੈਂ ਤੁਹਾਡਾ ਉਹਨਾਂ ਨਾਲ ਤਾਰੁਫ ਕਰਾਨੀ ਆ। ਮੇਰੇ ਸੱਜੇ ਹੱਥ ਬੈਠੇ ਨੇ ਗਗਨਦੀਪ ਕੌਰ। ਗਗਨਦੀਪ ਕੌਰ ਹੁਣਾਂ ਨੇ BTECH ਕੀਤੀ ਔਰ BTECH ਤੋਂ ਬਾਅਦ ਅੱਜ ਗ੍ਰਾਸ ਰੂਟਸ ਚ ਔਰਤਾਂ ਨਾਲ ਕੰਮ ਕਰ ਰਹੇ ਨੇ ਜਿੱਥੇ ਕਿ ਉਹ ਜਿਹੜੀਆਂ ਉਹ ਫਸਲਾਂ ਜਿਹੜੀਆਂ ਲੁਪਤ ਹੋ ਗਈਆਂ ਨੇ, ਟ੍ਰੈਡੀਸ਼ਨਲ ਕ੍ਰੌਪਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹ ਉਹਨਾਂ ਟ੍ਰੈਡੀਸ਼ਨਲ ਕ੍ਰੌਪਸ ਤੇ ਦੁਬਾਰਾ ਤੋਂ ਕੰਮ ਕਰ ਰਹੇ ਨੇ ਔਰਤਾਂ ਦੇ ਨਾਲ ਮਿਲ ਕੇ ਔਰ ਇਹ ਕੀ ਕਰ ਰਹੇ ਨੇ ਉਹ ਇਹਨਾਂ ਦੇ ਮੂੰਹੋਂ ਸੁਣਾਂਗੇ। ਇਹਨਾਂ ਦੇ ਨਾਲ ਬੈਠੇ ਨੇ ਨਵਦੀਪ ਅਸੀਜਾ ਜਿਹੜੇ ਕਿ ਫਾਜ਼ਿਲਕਾ ਤੋਂ ਨੇ। ਨਵਦੀਪ ਅਸੀਜਾ ਨੇ ਫਾਜ਼ਿਲਕਾ ਵਰਗੇ ਸ਼ਹਿਰ ਤੋਂ ਉੱਠ ਕੇ IIT ਕੀਤੀ ਦਿੱਲੀ ਤੋਂ। ਦਿੱਲੀ ਵਰਗੇ ਇੰਸਟੀਚਿਊਟ ਚ IIT ਚ ਐਡਮਿਸ਼ਨ ਮਿਲਣਾ ਹੀ ਪਹਿਲਾਂ ਤੇ ਆਪਣੇ ਆਪ ਚ ਭਾਰਤ ਦੇ ਕੁਝ ਚੁਣਿੰਦਾ ਬੱਚਿਆਂ ਨੂੰ ਉੱਥੇ ਐਡਮਿਸ਼ਨ ਮਿਲਦੀ ਹੈ। ਉੱਥੋਂ ਇਹਨਾਂ ਨੇ ਆਪਣੀ IIT ਦਾ ਕੋਰਸ ਕੀਤਾ। ਅੱਜ ਕੱਲ੍ਹ ਇਹ PhD ਕਰ ਰਹੇ ਨੇ, ਲੇਕਿਨ PhD ਦੇ ਨਾਲ ਨਾਲ ਇਹਨਾਂ ਨੇ ਫਾਜ਼ਿਲਕਾ ਨੂੰ ਇੰਟਰਨੈਸ਼ਨਲ ਮੈਪ ਤੇ ਪਹੁੰਚਾਇਆ। ਅੱਜ ਤੁਸੀਂ ਅਗਰ ਕੋਈ ਵੈਬਸਾਈਟ ਖੋਲੋ ਤੇ ਤੁਹਾਨੂੰ ਫਾਜ਼ਿਲਕਾ ਉੱਥੇ ਮਿਲੇਗਾ। ਉਹਦੇ ਲਈ ਇਹਨਾਂ ਨੇ ਕੀ ਕਦਮ ਚੁੱਕੇ ਨੇ ਉਹ ਮੈਂ ਇਹਨਾਂ ਦੇ ਮੂੰਹਾਂ ਤੁਹਾਨੂੰ ਸੁਣਾਵਾਂਗੀ। ਮੇਰੀ ਆਡੀਅੰਸ 'ਚ ਵੀ ਅੱਜ ਬੜੀ ਖਾਸ ਖਾਸ ਲੋਕ ਆਏ ਨੇ, ਕੁਝ ਉਹ ਲੋਕੀ ਜਿਹੜੇ ਕਿ ਗਗਨਦੀਪ ਕੌਰ ਨਾਲ ਕੰਮ ਕਰ ਰਹੇ ਨੇ ਤੇ ਕੁਝ ਉਹ ਲੋਕੀ ਜਿਹੜੇ ਨਵਦੀਪ ਅਸੀਜਾ ਨਾਲ ਕੰਮ ਕਰ ਰਹੇ ਨੇ। ਆਪ ਸਭ ਜੀ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਤੇ ਅਸੀਂ ਹੁਣ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਮੈਂ ਗਗਨਦੀਪ ਤੁਹਾਡੇ ਕੋਲ ਆ ਰਹੀ ਹਾਂ ਸਭ ਤੋਂ ਪਹਿਲਾਂ ਕਿ ਤੁਸੀਂ ਬੜੀ ਹਾਈ ਕੁਆਲੀਫਿਕੇਸ਼ਨ ਹਾਸਲ ਕੀਤੀ, BTECH ਕੀਤੀ, ਤੁਸੀਂ ਕੰਪਿਊਟਰ ਇੰਜੀਨੀਅਰ ਬਣੇ, ਲੇਕਿਨ ਕੰਪਿਊਟਰ ਇੰਜੀਨੀਅਰ ਬਣਨ ਤੋਂ ਬਾਅਦ ਤੁਸੀਂ ਗ੍ਰਾਸ ਰੂਟਸ ਤੇ ਕੰਮ ਕਰਨ ਬਾਰੇ ਸੋਚਿਆ, ਇਹ ਖਿਆਲ ਕਿੱਥੋਂ ਆਇਆ ਤੇ ਕਿੱਥੋਂ ਸ਼ੁਰੂਆਤ ਹੋਈ? BTECH ਤਾਂ ਮੈਂ ਕੀਤੀ ਹੈ, ਪਰ ਘਰ ਵਿੱਚ ਸ਼ੁਰੂ ਤੋਂ ਹੀ ਮਤਲਬ ਇੱਕ ਸੇਵਾ ਦੀ ਭਾਵਨਾ ਦੀ ਗੱਲ ਜਾਂ ਗੁਰਮਤਿ ਦੀ ਸਾਂਝ ਕਰਕੇ ਕਿ ਪਰਉਪਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ ਸਾਡੇ ਵਿੱਚ। ਉਸ ਪਰਉਪਕਾਰ ਦੀ ਭਾਵਨਾ ਤੇ ਉਸ ਸੇਵਾ ਦੀ ਭਾਵਨਾ ਨਾਲ ਹੀ ਮੈਨੂੰ ਇਹ ਲੱਗਿਆ ਕਿ ਮੈਨੂੰ ਇਸ ਪਾਸੇ ਚੱਲਣਾ ਚਾਹੀਦਾ ਹੈ। ਖੇਤੀ ਵਿਰਾਸਤ ਮਿਸ਼ਨ ਸੰਸਥਾ ਨਾਲ ਮੈਂ ਕੰਮ ਕਰ ਰਹੀ ਹਾਂ। ਖੇਤੀ ਵਿਰਾਸਤ ਮਿਸ਼ਨ ਸੰਸਥਾ ਜੋ ਕਿ ਜੈਤੋ ਵਿੱਚ ਬੇਸਡ ਹੈ, ਇਹ ਪਿਛਲੇ ਕੁਝ 4 ਸਾਲਾਂ ਤੋਂ
ਕਿਸਾਨਾਂ ਨਾਲ ਕੰਮ ਕਰ ਰਹੀ ਹੈ। ਅਸੀਂ ਦੇਖਦੇ ਹਾਂ ਕਿ ਹਰੀ ਕ੍ਰਾਂਤੀ ਨੇ ਸਾਡੇ ਕਿਸਾਨਾਂ ਨੂੰ ਜਿੱਥੇ ਕਰਜ਼ੇ ਥੱਲੇ ਡਬੋਇਆ ਹੈ, ਉੱਥੇ ਹੀ ਕੈਮੀਕਲਸ ਤੇ ਪੈਸਟੀਸਾਈਡਸ ਦੀ ਭਰਮਾਰ ਨਾਲ ਅੱਜ ਪੰਜਾਬ ਜਿਹੜਾ ਹੈ ਉਹ ਇੰਡੀਆ ਦੀ ਕੈਂਸਰ ਦੀ ਰਾਜਧਾਨੀ ਬਣ ਗਿਆ। ਬਿਲਕੁਲ ਸਹੀ। ਤੇ ਮੈਨੂੰ ਲੱਗ ਰਿਹਾ ਕਿ ਜੇ ਇਦਾਂ ਹੀ ਚੱਲਦਾ ਰਿਹਾ ਤੇ ਉਹ ਪੰਜਾਬ ਜਿਹਦੀਆਂ ਸਿਫਤਾਂ ਕਰਦੇ ਅਸੀਂ ਥੱਕਦੇ ਨਹੀਂ ਸੀ, ਉਹ ਅੱਜ ਮਤਲਬ ਕੈਂਸਰ ਦੇ ਥੱਲੇ ਰੁੜਦਾ ਜਾ ਰਿਹਾ। ਤੇ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਜ਼ਿੰਦਗੀ ਦੇ ਵਿੱਚੋਂ ਆਪਣਾ ਇੱਕ ਦਸਵੰਧ ਕੱਢਦੇ ਹੋਏ ਇਸ ਪਾਸੇ ਲਗਾਈਏ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਜਿਹੜੀ ਇਹਨਾਂ ਨੇ ਗੱਲ ਦਸਵੰਧ ਦੀ ਕੀਤੀ। ਗੁਰੂਆਂ ਦੀ ਧਰਤੀ ਹੈ, ਲੋਕੀ ਦਸਵੰਧ ਨੂੰ ਬਹੁਤ ਮੰਨਦੇ ਨੇ, ਪਰ ਉਹ ਦਸਵੰਧ ਜ਼ਿਆਦਾਤਰ ਸਿਰਫ ਚੜਾਵੇ ਤੇ ਰਹਿ ਜਾਂਦਾ। ਸਾਨੂੰ ਦਸਵੰਧ ਹੁਣ ਉਹ ਸਮਾਂ ਆ ਗਿਆ ਜਦੋਂ ਸਾਨੂੰ ਦਸਵੰਧ ਚਾਹੀਦਾ ਵੀ ਤੁਸੀਂ ਆਪਣੇ ਪ੍ਰਦੇਸ਼ ਨੂੰ ਆਪਣੀ ਸਾਰੀ ਸੰਸਕ੍ਰਿਤੀ ਨੂੰ ਬਚਾਉਣ ਚ ਤੁਸੀਂ ਦਸਵੰਧ ਦਾ ਕਿਹੜਾ ਹਿੱਸਾ ਪਾਉਂਦੇ ਹੋ, ਉਹ ਅਸੀਂ ਗਗਨ ਤੋਂ ਅੱਗੇ ਸੁਣਾਂਗੇ। ਨਦੀਪ, ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਕਿ ਫਾਜ਼ਿਲਕਾ ਨੂੰ ਇੱਕ ਨਵਾਂ ਜਨਮ ਦਿੱਤਾ ਹੈ ਤੁਸੀਂ, ਇਹ ਖਿਆਲ ਤੁਹਾਨੂੰ ਕਿੱਥੋਂ ਆਇਆ, ਪ੍ਰੇਰਣਾ ਕਿੱਥੋਂ ਮਿਲੀ, ਇਹ ਪ੍ਰੇਰਣਾ ਦਾ ਤੁਹਾਡਾ ਸਰੋਤ ਕੌਣ ਸੀ, ਤੇ ਤੁਸੀਂ ਆਈ ਆਈ ਟੀ ਦੇ ਬੱਚੇ ਤੇ ਜਿਹੜੇ ਨੇ ਉਹਨਾਂ ਨੂੰ ਲੱਗਦੇ ਸਾਰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਦੀਆਂ ਨੇ, ਪਰ ਮੰਥ ਇੱਕ ਆਈ ਆਈ ਟੀ ਦੇ ਸਟੂਡੈਂਟ ਨੂੰ 2-3 ਲੱਖ ਰੁਪਏ ਪਰ ਮੰਥ ਦੀ ਨੌਕਰੀ ਤੇ ਆਮ ਹੀ ਮਿਲਦੀ ਹੈ, ਉਸ ਤੋਂ ਜ਼ਿਆਦਾ ਵੀ ਮਿਲਦੀਆਂ। ਤੁਸੀਂ ਉਹ ਸਭ ਛੱਡ ਕੇ ਆਪਣੇ ਧਰਤੀ ਨੂੰ ਪੁਨਰ ਜਨਮ ਦਿੱਤਾ, ਇਹਦੇ ਬਾਰੇ ਕੁਛ ਦੱਸੋਗੇ? ਜੀ, ਕੋਈ ਵੀ ਚੀਜ਼ ਦੀ ਸ਼ੁਰੂਆਤ ਸ਼ਾਇਦ ਘਰ ਤੋਂ ਹੀ ਹੋ ਜਾਂਦੀ ਹੈ, ਮਾਂ ਪਿਓ ਤੋਂ ਜੋ ਇੱਕ ਸਿੱਖਿਆ ਮਿਲਦੀ ਸੀ। ਹਾਂਜੀ। ਪਰ ਕਿ 4 ਸਾਲ ਪਹਿਲਾਂ ਕੁਛ ਇਸ ਤਰ੍ਹਾਂ ਕੁਛ ਵਾਪਰਿਆ ਕਿ ਮੈਂ ਡਾਕਟਰ ਭੁਪਿੰਦਰ ਸਿੰਘ ਨੇ ਜੋ ਆਈ ਆਈ ਟੀ ਰੁੜਕੀ ਤੋਂ ਨੇ ਉਹ ਫਾਜ਼ਿਲਕਾ ਨੂੰ ਬਿਲੋਂਗ ਕਰਦੇ ਨੇ, ਉਹਨਾਂ ਦੀ ਇੱਕ ਬੁੱਕ ਲਿਖੀ ਉਹਨਾਂ ਨੂੰ ਮਿਲੀ ਫਾਜ਼ਿਲਕਾ ਦੇ ਉੱਪਰ, ਜੋ ਸਾਰਿਆਂ ਨਾਲੋਂ ਵੱਡੀ ਇੱਕ ਇੰਸਪੀਰੇਸ਼ਨ ਸੀ, ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਗਰ ਸੋਚ ਨੂੰ ਅੱਗੇ ਲੈ ਕੇ ਜਾਣਾ, ਫਾਜ਼ਿਲਕਾ ਨੂੰ ਬਚਾਉਣਾ, ਤਾਂ ਉਹਦੇ ਵਾਸਤੇ ਯੂਥ ਨੂੰ ਨਾਲ ਜੋੜਨਾ ਪਏਗਾ। ਬਹੁਤ ਅੱਛਾ। ਸੋ ਉਹ ਪਹਿਲਾ ਸਟੈਪ ਸੀ ਕਿ ਯੂਥ ਕੀ ਕਰ ਸਕਦਾ, ਤਾਂ ਇੰਟਰਨੈਟ ਦੇ ਯੁੱਗ 'ਚ ਸਾਰਿਆਂ ਨਾਲ ਪਹਿਲਾਂ ਇਹ ਸੀ ਕਿ ਸਾਡੀ ਕਿਧਰੇ ਨਾ ਕਿਧਰੇ ਉਪਲਬਧੀ ਹੈ, ਕਿਉਂਕਿ ਜੋ ਸਾਡਾ ਕਲਚਰ ਸੀ, ਜੋ ਵੀ ਸਾਡਾ ਚੱਲ ਰਿਹਾ ਸੀ, ਉਹ ਵਰਬਲੀ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਪਾਸ ਆਨ ਹੋ ਰਿਹਾ ਸੀ ਜੀ। ਬਟ ਹੁਣ ਵਾਲੀ ਜਨਰੇਸ਼ਨ 'ਚ ਕਿਧਰੇ ਨਾ ਕਿਧਰੇ ਟਾਈਮ ਦੀ ਕਮੀ ਰਹਿ ਗਈ, ਮਾਪਿਆਂ ਕੋਲ ਟਾਈਮ ਘੱਟ ਗਿਆ, ਤਾਂ ਉਹ ਜਿਹੜੀ ਵਰਬਲ ਇੱਕ ਚੀਜ਼ ਦੂਸਰੀ ਤੱਕ ਜਨਰੇਸ਼ਨ ਤੱਕ ਜਾ ਰਹੀ ਸੀ, ਸਾਨੂੰ ਲੱਗਿਆ ਕਿ ਸਾਰਿਆਂ ਨਾਲ ਪਹਿਲਾਂ ਇਹ ਹੈ ਕਿ ਕਿਸੇ ਚੀਜ਼ ਨੂੰ ਮਹਾਨ ਬਣਾਉਣ ਵਾਸਤੇ ਉਹਦੀ ਮਹਾਨਤਾ ਦੱਸਣੀ ਜ਼ਰੂਰੀ ਹੈ। ਵੈਬਸਾਈਟ ਸਾਰਿਆਂ ਨਾਲ ਪਹਿਲਾਂ ਉਪਰਾਲਾ ਸੀ ਕਿ ਅਸੀਂ ਉਹ ਡਾਕਟਰ ਭੁਪਿੰਦਰ ਦੀ ਸੋਚ ਨੂੰ ਮੈਂ ਆਪਣੇ ਵੈਬਸਾਈਟ ਦੇ ਨਾਲ, ਜਿਹੜੀ ਵੈਬਸਾਈਟ ਤੁਸੀਂ ਬਣਾਈ ਸੀ ਕਿਹੜੇ ਸਾਲ 'ਚ ਬਣਾਈ ਸੀ? ਮੈਂ 2005 ਸਟਾਰਟ ਕੀਤਾ। ਅੱਛਾ, 2005 ਤੋਂ 2009 ਦੀ ਇਹਨਾਂ ਦੀ ਯਾਤਰਾ ਹੁਣੇ ਦੁਬਾਰਾ ਸੁਣਦੇ ਹਾਂ। ਮੈਂ ਇਸ ਵਿੱਚ ਇੱਥੇ ਆਡੀਅੰਸ 'ਚ ਜਿਹੜੇ ਨਵਦੀਪ ਅਸੀਜਾ ਨਾਲ ਕੰਮ ਕਰਦੇ ਨੇ, ਰੁਪਿੰਦਰ ਤੁਹਾਡੇ ਤੋਂ ਜਾਣਨਾ ਚਾਹਾਂਗੀ, ਤੁਸੀਂ ਅਸੀਜਾ ਨਾਲ ਕਿਸ ਤਰ੍ਹਾਂ ਜੁੜੇ ਨਵਦੀਪ ਨਾਲ? ਮੈਂ ਹੈਗਾ ਨਿਊਜ਼ੀਲੈਂਡ ਤੋਂ, ਮੈਂ ਉੱਥੋਂ ਦਾ ਰੈਜ਼ੀਡੈਂਟ ਹਾਂ ਜੀ। ਤੇ ਹਰ ਵੇਲੇ ਮੈਨੂੰ ਇਹੀ ਹੁੰਦਾ ਸੀਗਾ ਵੀ ਸਾਡੇ ਮੁਲਕ ਤੇ ਉਹਨਾਂ ਦੇ ਮੁਲਕਾਂ 'ਚ ਬਹੁਤ ਫਰਕ ਹੈ ਜੀ। ਬੇਸਿਕਲੀ ਇਹ ਹੁੰਦਾ ਵੀ ਜਿੰਨੀ ਦੇਰ ਤੱਕ ਸਿਵਲ ਸੁਸਾਇਟੀ ਸਰਕਾਰਾਂ ਤੋਂ ਮੰਗਦੀ ਨਹੀਂ, ਸਰਕਾਰਾਂ ਦਿੰਦੀਆਂ ਨੇ, ਤੇ ਸਿਵਲ ਸੁਸਾਇਟੀ ਨੂੰ ਮੂਵ ਕਰਨ ਲਈ ਇੱਕ ਇਨਸਾਨ ਚਾਹੀਦਾ ਹੁੰਦਾ, ਜਿਵੇਂ ਗਾਂਧੀ ਜੀ ਨੇ ਕਿਹਾ ਸੀ ਬੀ ਦਾ ਚੇਂਜ ਯੂ ਵਾਂਟ ਟੂ ਸੀ ਜੀ। ਸੋ ਉਸ ਪੱਖੋਂ ਮੈਂ ਹਰ ਵੇਲੇ ਹਰ ਮਨੁੱਖ ਨੂੰ ਲੱਭਦਾ ਸੀ ਜਿਹੜਾ ਆਪਣੇ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ। ਵੈਨ ਜਦੋਂ ਮੇਰੀ ਸਰਚ ਉਹ ਲੰਘ ਰਹੀ ਸੀ, ਉਦੋਂ ਮੈਨੂੰ ਨਵਦੀਪ ਬਾਰੇ ਪਤਾ ਲੱਗਿਆ, ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਹੀ ਇਜ਼ ਵਨ ਆਫ ਦਾ ਪਰਸਨਸ ਜਿਹੜਾ ਇਹ ਸੋਚਦਾ ਕਿ ਜੇ ਬਦਲਾਵ ਸ਼ੁਰੂ ਹੋਣਾ ਤਾਂ ਮੇਰੇ ਤੋਂ ਸ਼ੁਰੂ ਹੋਵੇ ਤੇ ਨਾਲ ਮੈਂ ਜੋੜਦਾ ਜਾਵਾਂ ਲੋਕਾਂ ਨੂੰ। ਇਸ ਤਰੀਕੇ ਮੈਂ ਨਵਦੀਪ ਨਾਲ ਵਾਇਆ ਨਿਊਜ਼ੀਲੈਂਡ ਹੀ ਇਹਨਾਂ ਨਾਲ ਇਨ ਟੱਚ ਆਇਆ, ਤੇ ਜਦੋਂ ਮੈਂ ਇੱਥੇ ਆਇਆ ਤੇ ਆਈ ਹੈਵ ਬੀਨ ਵਰਕਿੰਗ ਵਿਦ ਹਿਮ ਰੈਗੂਲਰਲੀ। ਹੁਣ ਤੁਸੀਂ ਨਿਊਜ਼ੀਲੈਂਡ ਤੋਂ ਛੱਡ ਕੇ ਇੱਥੇ ਭਾਰਤ 'ਚ ਹੀ ਰਹਿ ਰਹੇ ਹੋ? ਹਾਂਜੀ ਮੈਮ, ਰਹਿ ਰਹੇ ਹੋ? ਹਾਂਜੀ ਹਾਂਜੀ। ਵਾਹ। ਕਹਿੰਦੇ ਨੇ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਵੀ ਜੇ ਸ਼ਹੀਦ ਭਗਤ ਸਿੰਘ ਵਰਗਾ ਕੋਈ ਬੰਦਾ ਪੈਦਾ ਹੋਵੇ ਤੇ ਪੜੋਸੀਆਂ ਦੇ ਹੋਵੇ, ਸਾਡੇ ਨਾ ਹੋਵੇ। ਇਸ ਜਿਹੜੀ ਇੱਕ ਇਨਸਾਨ ਦੀ ਫਿਤਰਤ ਹੈ ਕਿ ਬੇਹੱਦ ਸਵਾਰਥੀ ਫਿਤਰਤ ਹੈ ਕਿ ਜੋ ਵੀ ਇਨਕਲਾਬ ਆਉਣਾ ਹੈ ਉਹ ਕਿਸੇ ਹੋਰ ਦੇ ਰਾਹੀਂ ਆਏ, ਮੇਰੇ ਰਾਹੀਂ ਨਾ ਆਵੇ।
ਪਰ ਗਗਨਦੀਪ ਕੌਰ ਔਰ ਨਵਦੀਪ ਅਸੀਜਾ ਇੱਕ ਐਸੇ ਉਦਾਹਰਣ ਨੇ ਕਿ ਜਿਨ੍ਹਾਂ ਨੇ ਆਪਣੇ ਤੋਂ ਇਨਕਲਾਬ ਸ਼ੁਰੂ ਕੀਤਾ। ਇਹ ਇਨਕਲਾਬ ਦੀ ਇੱਕ ਬੜੀ ਹੀ ਗੁਪ ਚੁੱਪ, ਜਿਹਨੂੰ ਕਹਿ ਸਕਦੇ ਹਾਂ ਇੱਕ ਸਾਇਲੈਂਟ ਮੂਵਮੈਂਟ ਹੈ ਕਿ ਇਹਨਾਂ ਨੌਜਵਾਨਾਂ ਨੇ ਇਹਨੂੰ ਸ਼ੁਰੂ ਕੀਤਾ ਪੰਜਾਬ ਦੀ ਧਰਤੀ ਤੇ, ਔਰ ਜਦਕਿ ਪੰਜਾਬ ਦੇ ਪੂਰੇ ਸਮੁੱਚੇ 62 ਸਾਲ ਦੇ ਉਸ ਇਤਿਹਾਸ ਚ ਜਿਹੜਾ ਸੁਤੰਤਰਤਾ ਤੋਂ ਬਾਅਦ ਦਾ ਇਤਿਹਾਸ ਹੈ, ਸਾਡੇ ਕੋਲ ਬਹੁਤ ਘੱਟ NGOs ਨੇ। ਜੇ ਤੁਸੀਂ ਸਾਊਥ ਵੱਲ ਜਾਓ ਤੇ ਤੁਸੀਂ ਦੇਖੋਗੇ ਕਿ ਲੋਕੀ ਇੰਨੀਆਂ NGOs ਨੇ ਔਰ ਇੰਨਾ ਕੰਮ ਕਰਦੀਆਂ ਔਰ ਗ੍ਰਾਸ ਰੂਟਸ ਤੇ ਕਰਦੀਆਂ। ਲੋਕੀ MBA ਕਰਨ ਜਾਂਦੇ ਨੇ ਹਾਰਵਰਡ ਔਰ ਸਟੈਨਫੋਰਡ ਔਰ ਵੇਅਰ ਨਾਟ, ਲੇਕਿਨ ਵਾਪਸ ਆ ਕੇ ਆਪਣੀ NGO ਲਈ ਕੰਮ ਕਰਦੇ ਨੇ। ਅਸੀਂ ਇਸ ਗੱਲਬਾਤ ਨੂੰ ਅੱਗੇ ਤੋਰਾਂਗੇ, ਇਜਾਜ਼ਤ ਦਿਓ ਇੱਕ ਛੋਟੀ ਜਿਹੀ ਬ੍ਰੇਕ।